ਕੈਂਸਰ ਉਸ ਨਾਮਰਾਦ ਬਿਮਾਰੀ ਦਾ ਨਾਮ ਹੈ ਜਿਸ ਨੂੰ ਸੁਣਦੇ ਸਾਰੇ ਰੂਹ ਕੰਬ ਉੱਠਦੀ ਹੈ। ਇਸ ਨਾਮਰਾਦ ਬਿਮਾਰੀ ਨਾਲ ਹੁਣ ਤੱਕ ਹਜ਼ਾਰਾਂ ਹੀ ਘਰਾਂ ਦੇ ਦੀਵੇ ਬੁੱਝ ਚੁੱਕੇ ਨੇ, ਯਾਨੀ ਕਿ ਬਹੁਤੇ ਘਰਾਂ ਵਿੱਚ ਛੋਟੀ ਤੇ ਲਮੇਰੀ ਉਮਰ ਦੇ ਬੱਚੇ, ਮਰਦ ਅਤੇ ਔਰਤਾਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਚੁੱਕੇ ਨੇ। ਜਿਉਂ ਜਿਉਂ ਸਮਾਂ ਅੱਗੇ ਵੱਧਦਾ ਜਾ ਰਿਹਾ ਹੈ, ਤਿਉਂ ਤਿਉਂ ਇਸ ਨਾਮਰਾਦ ਬਿਮਾਰੀ ਦੇ ਬਚਾਓ ਲਈ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਆਓ ਸੁਣਦੇ ਹਾਂ ਇਸ ਬਿਮਾਰੀ ਦੇ ਲੱਛਣਾਂ ਬਾਰੇ ਤੇ ਕੈਂਸਰ ਨਾਲ ਸੰਬੰਧਿਤ ਮਾਹਰ ਡਾਕਟਰਾਂ ਦੀ ਰਾਏ। ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸੂਗੀ ਕਿ ਕੈਂਸਰ ਬਹੁਤ ਤਰ੍ਹਾਂ ਦਾ ਹੁੰਦਾ, ਸਿਰਫ ਇੱਕ ਤਰ੍ਹਾਂ ਦਾ ਕੈਂਸਰ ਨਹੀਂ ਹੁੰਦਾ। ਜਿਵੇਂ ਕਿਸੇ ਛਾਤੀ ਦੇ ਕੈਂਸਰ ਦੀ ਗੱਲ ਕਰੀਏ ਤੇ ਛਾਤੀ ਦੇ ਕੈਂਸਰ 'ਚ ਅੱਗੇ ਬਹੁਤ ਸਾਰੀਆਂ ਟਾਈਪਸ ਆਉਂਦੀਆਂ ਆ। ਹੁਣ ਅਗਰ ਅਸੀਂ ਮੋਟੇ ਤੌਰ ਤੇ ਸਿਰਫ ਇਹ ਗੱਲ ਕਰੀਏ, ਕਿਉਂਕਿ ਅਗਰ ਹਰੇਕ ਪੇਸ਼ੈਂਟ ਨੂੰ ਅਸੀਂ ਇਹ ਸਮਝਾਈਏ ਕਿ ਕੈਂਸਰ ਛਾਤੀ ਦਾ ਹੈ ਤੇ ਕਿੰਨੇ ਟਾਈਪਸ ਹੈ, ਤੇ ਉਹ ਔਖਾ ਹੋ ਜਾਂਦਾ ਹੈ। ਇਸ ਕਰਕੇ ਅਸੀਂ ਸਿਰਫ ਉਹਨਾਂ ਨੂੰ ਅਵੇਅਰ ਕਰਦੇ ਹਾਂ। ਜਿਵੇਂ ਕਿ ਅਸੀਂ ਇਸ ਕੈਂਪ ਵਿੱਚ ਬ੍ਰੈਸਟ ਕੈਂਸਰ ਵਾਸਤੇ ਮੈਮੋਗ੍ਰਾਫੀ ਟੈਸਟ ਰੱਖਿਆ ਹੈ, ਉਹਨਾਂ ਨੂੰ ਇਹ ਦੱਸਣਾ ਕਿ ਮੈਮੋਗ੍ਰਾਫੀ ਕਿਉਂ ਕਰਾਉਣੀ ਚਾਹੀਦੀ ਹੈ, ਜਾਂ ਫਿਰ ਉਹਦੇ ਕੀ ਸਿਮਟਮਸ ਹੁੰਦੇ ਕਿ ਤੁਹਾਨੂੰ ਲੱਗੇ ਕਿ ਹਾਂ ਮੈਨੂੰ ਮੈਮੋਗ੍ਰਾਫੀ ਵਾਸਤੇ ਜਾਣਾ ਚਾਹੀਦਾ ਹੈ। ਜਿਵੇਂ ਕਿ ਮੈਂ ਛਾਤੀ ਦੇ ਕੈਂਸਰ ਦੀ ਗੱਲ ਕਰਾਂ, ਤੇ ਉਹਦੇ ਵਾਸਤੇ ਕੁਝ 5 ਚੀਜ਼ਾਂ ਇਦਾਂ ਦੀਆਂ ਹੁੰਦੀਆਂ ਜੋ ਸਾਨੂੰ ਆਪਣੇ ਆਪ 'ਚ ਧਿਆਨ ਰੱਖਣਾ ਚਾਹੀਦਾ, ਜਿਹਨੂੰ ਅਸੀਂ ਸੈਲਫ ਐਗਜ਼ਾਮੀਨੇਸ਼ਨ ਕਹਿੰਦੇ ਹਾਂ। ਫੋਰ ਐਗਜ਼ਾਮਪਲ, ਆਪਣੇ ਛਾਤੀ ਦੇ ਸਾਈਜ਼ 'ਚ ਕੋਈ ਵੀ ਬਦਲਾਵ ਆਉਣਾ, ਇੱਕ ਛਾਤੀ ਦਾ ਵੱਡਾ ਹੋਣਾ, ਇੱਕ ਛਾਤੀ ਦਾ ਛੋਟਾ ਹੋ ਜਾਣਾ, ਜਾਂ ਫਿਰ ਆਪਣੇ ਨਿੱਪਲਸ ਹੈ ਉਹਨਾਂ ਤੋਂ ਅੰਦਰ ਦੀ ਤਰਫ ਮੁੜ ਜਾਣਾ, ਜਿਹਨੂੰ ਅਸੀਂ ਇਨਵਰਟਿਡ ਨਿੱਪਲਸ ਕਹਿੰਦੇ ਹਾਂ, ਜਾਂ ਉਸ ਤੋਂ ਕਿਸੇ ਵੀ ਤਰ੍ਹਾਂ ਦਾ ਸਤਰਾਵ ਆਉਣਾ, ਸਪੈਸ਼ਲ ਖੂਨ ਨਿਕਲਣਾ, ਅਗਰ ਨਿੱਪਲਸ 'ਚੋਂ ਖੂਨ ਨਿਕਲਦਾ ਤਾਂ ਉਹ ਕੈਂਸਰ ਦਾ ਲੱਛਣ ਹੋ ਸਕਦਾ, ਜਾਂ ਫਿਰ ਆਪਣੇ ਛਾਤੀ ਵਿੱਚ ਕਿਸੇ ਵੀ ਤਰ੍ਹਾਂ ਦੀ ਗੰਢ ਦਾ ਮਹਿਸੂਸ ਹੋਣਾ, ਕਿਉਂਕਿ 90% ਕੈਂਸਰ ਪਤਾ ਚੱਲਦਾ ਜਦੋਂ ਗੰਢ ਹੁੰਦੀ ਹੈ। ਹੁਣ ਇਹ ਜ਼ਰੂਰੀ ਨਹੀਂ ਹੈ ਕਿ ਉਹ ਗੰਢ ਕੈਂਸਰ ਦੀ ਹੀ ਹੋਵੇ, ਉਹ ਨੌਨ ਕੈਂਸਰਸ ਵੀ ਹੋ ਸਕਦੀ ਹੈ, ਪਰ ਉਹਦੇ ਵਾਸਤੇ ਸਪੈਸ਼ਲੀ ਸਾਨੂੰ ਇਹ ਕਰਨਾ ਚਾਹੀਦਾ ਕਿ ਅਗਰ ਕੋਈ ਗੰਢ ਹੈ ਸਾਨੂੰ ਅਣਗਹਿਲੀ ਨਹੀਂ ਕਰਨੀ ਚਾਹੀਦੀ, ਜਾਂ ਇਗਨੋਰ ਨਹੀਂ ਕਰਨਾ ਚਾਹੀਦਾ। ਕੋਈ ਛੋਟੀ ਜਿਹੀ ਵੀ ਗੰਢ ਮਹਿਸੂਸ ਹੋ ਰਹੀ ਹੈ, ਉਸੇ ਟਾਈਮ ਤੁਸੀਂ ਡਾਕਟਰ ਕੋਲ ਜਾਓ, ਆਪਣੀ ਸਕੈਨਿੰਗ ਕਰਾਓ, ਸੋਨੋ ਮੈਮੋਗ੍ਰਾਫੀ, ਮੈਮੋਗ੍ਰਾਫੀ ਨਹੀਂ ਤਾਂ ਅਲਟਰਾਸੋਨੋਗ੍ਰਾਫੀ, ਬਹੁਤ ਤਰ੍ਹਾਂ ਦੀਆਂ ਚੀਜ਼ਾਂ ਹਨ ਜੋ ਤੁਸੀਂ ਕਰਾ ਸਕਦੇ ਹੋ, ਜਿੱਥੇ ਇਹ ਪਤਾ ਚੱਲੇਗਾ ਕਿ ਸਾਨੂੰ ਅੱਗੇ ਇਵੈਲੂਏਸ਼ਨ ਦੀ ਜ਼ਰੂਰਤ ਹੈ, ਕਿਸੇ ਓਪਰੇਸ਼ਨ ਦੀ ਜ਼ਰੂਰਤ ਹੈ, ਜਾਂ ਮੈਡੀਸਿਨ ਨਹੀਂ ਠੀਕ ਹੋ ਜਾਏਗੀ, ਜਾਂ ਸਾਨੂੰ ਕੈਂਸਰ ਵਾਸਤੇ ਕੁਝ ਕਰਨਾ ਚਾਹੀਦਾ ਆ। ਇਸ ਤੋਂ ਇਲਾਵਾ ਆਪਣੇ ਜੋ ਛਾਤੀ ਦਾ ਸਾਈਜ਼ ਹੈ ਉਹ ਸੰਤਰੀ ਤਰ੍ਹਾਂ ਹੋ ਜਾਂਦਾ ਹੈ, ਰਾਲ ਹੋ ਜਾਂਦੀ ਹੈ, ਸੋਜ ਪੈ ਜਾਂਦੀ ਹੈ, ਕੋਈ ਵੀ ਬਦਲਾਵ ਆਉਂਦਾ ਤਾਂ ਕੈਂਸਰ ਦਾ ਲੱਛਣ ਹੋ ਸਕਦਾ। ਹੁਣ ਉਹਦੇ ਵਾਸਤੇ ਸਿਰਫ ਇਹ ਨਹੀਂ ਹੈ ਕਿ ਮੇਰੇ ਅਗਰ ਪਹਿਲੇ ਤਾਂ ਸੀਗਾ ਕਿ ਹੈਰੀਡਿਟਰੀ ਹੈ ਜਾਂ ਜੈਨੇਟਿਕਲ ਪ੍ਰੋਬਲਮ ਹੈ, ਹੁਣ ਇੱਦਾਂ ਦੀ ਕੋਈ ਗੱਲ ਨਹੀਂ ਰਹਿ ਗਈ ਆ। ਹਾਂ, ਅਗਰ ਕਿਸੇ ਦੀ ਫੈਮਿਲੀ 'ਚ ਕੈਂਸਰ ਸੀ ਤਾਂ ਉਹਨੂੰ ਹੋਣ ਦੇ ਚਾਂਸਿਸ ਡਬਲ ਹੋ ਜਾਂਦੇ ਹੈ, ਪਰ ਇਹ ਨਹੀਂ ਹੈ ਕਿ ਅਗਰ ਫੈਮਿਲੀ 'ਚ ਆ ਤਾਂ ਹੀ ਕੈਂਸਰ ਹੋਏਗਾ। ਅੱਜ ਕੱਲ੍ਹ ਦੇ ਸਮੇਂ 'ਚ ਕਿਸੇ ਨੂੰ ਵੀ ਕੈਂਸਰ ਹੋ ਸਕਦਾ, ਕਾਮਨ ਪ੍ਰੋਬਲਮ ਹੋ ਚੁੱਕੀ ਹੈ। ਇੱਕ ਸਾਡਾ ਲਾਈਫ ਸਟਾਈਲ, ਦੂਸਰਾ ਜੋ ਵੀ ਅਸੀਂ ਇਨਸੈਕਟੀਸਾਈਡਸ ਯੂਜ਼ ਕਰ ਰਹੇ ਹਾਂ, ਪੈਸਟੀਸਾਈਡਸ ਯੂਜ਼ ਕਰ ਰਹੇ ਹਾਂ, ਜੋ ਵੀ ਅਸੀਂ ਵਾਟਰ ਪ੍ਰੋਬਲਮਸ ਹੈ, ਅੱਜ ਕੱਲ੍ਹ ਕੈਮੀਕਲਸ ਯੂਜ਼ ਹੋ ਰਹੇ ਹੈ, ਉਹਦੇ ਕਰਕੇ ਕੈਂਸਰ ਬਹੁਤ ਜ਼ਿਆਦਾ ਫੈਲ ਰਿਹਾ। ਜੋ ਕਿ ਅਸੀਂ ਆਪਣਾ ਲਾਈਫ ਸਟਾਈਲ ਚੇਂਜ ਕਰਕੇ ਜੰਕ ਫੂਡ ਜ਼ਿਆਦਾ ਲੈ ਰਹੇ ਹਾਂ, ਅਤੇ ਬਹੁਤ ਸਾਰੇ ਕਾਰਨ ਆ ਜੋ ਸਾਡੀ ਜੀਨਸ 'ਚ ਮਿਊਟੇਸ਼ਨਸ ਆਉਣੀਆਂ ਸ਼ੁਰੂ ਹੋ ਜਾਂਦੀਆਂ, ਉਦੋਂ ਕੈਂਸਰ ਦਾ ਰੂਪ ਸ਼ੁਰੂ ਹੋ ਜਾਂਦਾ, ਉਦੋਂ ਸਾਡੀ ਬਾਡੀ 'ਚ ਕੈਂਸਰ ਬਣਨਾ ਸ਼ੁਰੂ ਹੋ ਜਾਂਦਾ, ਅਤੇ ਸਿਰਫ ਉਹਨੂੰ ਕੁਝ ਚੀਜ਼ਾਂ ਚਾਹੀਦੀਆਂ ਹੁੰਦੀਆਂ ਜਦੋਂ ਖੁਦ ਜਾਗ ਪੈਂਦਾ ਆ। ਇਸ ਤੋਂ ਇਲਾਵਾ ਅਸੀਂ ਗੱਲ ਕਰੀਏ ਸਰਵਿਕਸ ਕੈਂਸਰ ਦੀ, ਜਿਹਨੂੰ ਅਸੀਂ ਬੱਚੇਦਾਨੀ ਦਾ ਕੈਂਸਰ ਬੋਲਦੇ ਹਾਂ। ਕਿਸੇ ਨੂੰ ਪਾਣੀ ਦੀ ਪ੍ਰੋਬਲਮ ਰਹਿੰਦੀ ਹੈ, ਜਿਹਨੂੰ ਅਸੀਂ ਲੋਕੋਰੀਆ ਕਹਿੰਦੇ ਹਾਂ, ਡਿਸਚਾਰਜ ਪ੍ਰੋਬਲਮ ਰਹਿੰਦੀ ਹੈ, ਜਾਂ ਫਿਰ ਕਿਸੇ ਨੂੰ ਬੈਕ ਪ੍ਰੋਬਲਮ ਬਹੁਤ ਰਹਿੰਦੇ ਆ, ਇੰਟਰਕੋਰਸ ਦੇ ਟਾਈਮ ਲੇਡੀ ਨੂੰ ਬਲੀਡਿੰਗ ਹੁੰਦੀ ਹੈ, ਜਾਂ ਫਿਰ ਕੋਈ ਵੀ ਅਜਿਹੀ ਪ੍ਰੋਬਲਮ ਜਿਹਦੇ ਕਰਕੇ ਉਹਨੂੰ ਹਮੇਸ਼ਾ ਬਾਡੀ 'ਚ ਥਕਾਵਟ ਰਹਿੰਦੀ ਹੈ, ਜਾਂ ਉਹਨੂੰ ਕੋਈ ਵੀ ਜੈਨੀਟਲ ਵਾਟ ਹੈ ਜੋ ਠੀਕ ਨਹੀਂ ਹੋ ਰਿਹਾ, ਜਾਂ ਫਿਰ ਕੋਈ ਇਨਫੈਕਸ਼ਨ ਉਹਨੂੰ ਬਾਰ ਬਾਰ ਹੋ ਜਾਂਦੀ ਹੈ, ਅਤੇ ਇਹ ਜੋ ਚੀਜ਼ਾਂ ਉਹਨੂੰ ਕੈਂਸਰ ਲਈ ਬਹੁਤ ਜਲਦੀ ਕੈਂਸਰ ਦਾ ਰੂਪ ਧਾਰਨ ਕਰ ਸਕਦੇ ਆ। ਅਗਰ ਕਿਸੇ ਨੂੰ ਇਹ ਪ੍ਰੋਬਲਮਸ ਹੈ ਤਾਂ ਤੁਸੀਂ ਆਪਣਾ ਟੈਸਟ ਜ਼ਰੂਰ ਕਰਾਓ, ਪੈਪਸਮੀਅਰ ਟੈਸਟ ਜ਼ਰੂਰ ਕਰਾਓ, ਕਿਉਂਕਿ ਇਹਦਾ ਕੋਈ ਨੁਕਸਾਨ ਨਹੀਂ ਹੈ। ਅਗਰ ਜ਼ਰੂਰੀ ਨਹੀਂ ਕਿਸੇ ਨੂੰ ਇਹ ਪ੍ਰੋਬਲਮ ਹੈ, ਕਿਸੇ ਨੂੰ ਇਹ ਸਿਮਟਮਸ ਹੈ, ਤਾਂ ਹੀ ਟੈਸਟ ਕਰਾਉਣਾ ਚਾਹੀਦਾ। ਇਹ ਰੈਗੂਲਰ ਚੈੱਕਅਪ ਆਪਣੀ ਰੂਟੀਨ ਬਣਾਓ, ਰੈਗੂਲਰ ਚੈੱਕਅਪ 'ਚ ਇਨਕਲੂਡ ਕਰੋ ਮੈਮੋਗ੍ਰਾਫੀ, ਪੈਪਸਮੀਅਰ, ਨਹੀਂ ਤਾਂ ਆਪਣਾ CBC ਜ਼ਰੂਰ ਕਰਾਇਆ ਕਰੋ। CBC ਕੰਪਲੀਟ ਬਲੱਡ ਕਾਊਂਟ ਸਾਨੂੰ 6 ਮਹੀਨੇ 'ਚ ਇੱਕ ਵਾਰੀ ਜ਼ਰੂਰ ਕਰਾਉਣਾ ਚਾਹੀਦਾ, ਜਿੱਥੋਂ ਪਤਾ ਚੱਲਦਾ ਕਿ ਸਾਡੇ ਬਾਡੀ ਸੈਲਸ ਬਿਲਕੁਲ ਨੋਰਮਲ ਰੇਂਜ 'ਚ ਹੈਗੇ ਹੈ, ਕਿਉਂਕਿ ਜਦੋਂ ਵੀ ਕੈਂਸਰ ਹੁੰਦਾ ਸਭ ਤੋਂ ਪਹਿਲਾਂ ਇਹਨਾਂ ਦੀ ਵੈਲਿਊ ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਅਤੇ ਮੇਰੀ ਇਹੀ ਰਿਕੁਐਸਟ ਹੈ, ਜੋ ਵੀ ਇਹ ਵੀਡੀਓ ਦੇਖ ਰਿਹਾ ਜਾਂ ਕੁਛ ਵੀ ਸੁਣ ਰਹੇ ਹੈ, ਅਤੇ ਜੋ ਤੁਸੀਂ ਨਹੀਂ ਸੁਣ ਪਾ ਰਹੇ, ਤੁਸੀਂ ਉਹਨਾਂ ਨੂੰ ਵੀ ਇਹ ਸਿਮਟਮਸ ਦੱਸੋ, ਦੱਸੋ ਕਿ ਕਿਵੇਂ ਕੈਂਸਰ ਫੈਲਦਾ ਹੈ, ਤਾਂ ਤੁਸੀਂ ਵੀ ਰੋਕੋ ਕੈਂਸਰ ਦਾ ਹਿੱਸਾ ਬਣੋ। ਥੈਂਕ ਯੂ। ਗੱਲ ਕੀਤੀ ਜਾਵੇ ਕੈਂਸਰ ਦੀ, ਤਾਂ ਕੈਂਸਰ ਜਿਹੜਾ ਆ ਇਹਦਾ ਜਦੋਂ ਆਪਾਂ ਨੂੰ ਪਤਾ ਲੱਗੇ ਕਿ ਕੈਂਸਰ ਹੋ ਗਿਆ, ਅਤੇ ਇਹਦੀ ਰੋਕਥਾਮ ਅਤੇ ਡਾਇਟ ਕਿੱਦਾਂ ਦੀ ਲੈਣੀ ਚਾਹੀਦੀ? ਜਦੋਂ ਸਾਨੂੰ ਪਤਾ ਚੱਲਦਾ ਸਭ ਤੋਂ ਪਹਿਲਾਂ ਕਿ ਕੈਂਸਰ ਹੋ ਗਿਆ, ਸਭ ਤੋਂ ਪਹਿਲਾਂ ਘਬਰਾਉਣਾ ਨਹੀਂ ਹੈ, ਇਹ ਨਹੀਂ ਸੋਚਣਾ ਕਿ ਇਹਦਾ ਕੋਈ ਇਲਾਜ ਨਹੀਂ ਹੈਗਾ, ਕੈਂਸਰ ਦਾ ਇਲਾਜ ਹੈ ਅਗਰ ਤੁਹਾਡਾ ਅਰਲੀ ਸਟੇਜ 'ਤੇ ਪਕੜਿਆ ਜਾਂਦਾ। ਕਿਉਂਕਿ ਬਹੁਤ ਸਾਰੇ ਮੈਂ ਪੇਸ਼ੈਂਟਸ ਦੇਖੇ ਆ, ਅਗਰ ਉਹਨਾਂ ਨੂੰ ਇਹ ਦੱਸਿਆ ਜਾਂਦਾ ਕਿ ਤੁਹਾਨੂੰ
ਫੋਰ ਐਗਜ਼ਾਮਪਲ ਅਸੀਂ ਕਰੀਏ ਕਿ ਬ੍ਰੈਸਟ ਕੈਂਸਰ ਦੀ ਗੱਲ ਕਰੀਏ, ਅਗਰ ਬ੍ਰੈਸਟ 'ਚ ਕੋਈ ਲੰਪ ਮਹਿਸੂਸ ਹੋ ਰਿਹਾ ਤਾਂ ਇਹ ਦੱਸਿਆ ਜਾਵੇ ਕਿ ਤੁਸੀਂ ਅੱਗੇ FNAC ਜਾਂ ਮੈਮੋਗ੍ਰਾਫੀ ਕੁਛ ਕਰੋ ਕਿ ਕੈਂਸਰ ਦੀ ਸ਼ੱਕ ਹੈ। ਸਭ ਤੋਂ ਪਹਿਲਾਂ ਪੇਸ਼ੈਂਟ ਖੁਦ ਹੀ ਘਬਰਾ ਜਾਂਦਾ, ਉਹਨੂੰ ਲੱਗਦਾ ਹੈ ਕਿ ਇਹ ਬਿਮਾਰੀ ਮੈਨੂੰ ਹੋ ਨਹੀਂ ਸਕਦੀ, ਇਹ ਬਿਮਾਰੀ ਕਿਸੇ ਨੂੰ ਵੀ ਹੋ ਸਕਦੀ ਹੈ ਅਤੇ ਇਹਦਾ ਇਹ ਨਹੀਂ ਕਿ ਇਲਾਜ ਨਹੀਂ ਹੈ। ਅਗਰ ਫਸਟ ਸਟੇਜ 'ਤੇ ਇਹਦਾ ਇਲਾਜ ਜਾਂ ਸੈਕਿੰਡ ਸਟੇਜ 'ਤੇ ਪਤਾ ਚੱਲ ਜਾਏ ਤਾਂ ਇਹਦਾ ਇਲਾਜ ਬਹੁਤ ਹੀ ਸਿੰਪਲ ਹੈ। ਕਈ ਵਾਰ ਕੀਮੋਥੈਰੇਪੀ, ਕਈ ਵਾਰ ਰੇਡੀਏਸ਼ਨ ਥੈਰੇਪੀ ਲਗਾਉਣੀ ਚਾਹੀਦੀ ਹੈ, ਅਤੇ ਉਸ ਤੋਂ ਬਾਅਦ ਡਾਇਟ ਵਿੱਚ ਸਿਰਫ ਅਤੇ ਸਿਰਫ ਤੁਸੀਂ ਆਪਣੀ ਨੈਚੁਰਲ ਡਾਇਟ ਰੱਖਣੀ ਹੈ, ਜਿਵੇਂ ਕਿ ਅਸੀਂ ਪਲਸਿਸ ਜ਼ਿਆਦਾ ਲੈ ਰਹੇ ਹਾਂ, ਫਰੂਟ ਡਾਇਟ ਰੱਖਣੀ ਹੈ, ਕਿਉਂਕਿ ਜਦੋਂ ਵੀ ਕੀਮੋ ਲੱਗਣ ਤੋਂ ਬਾਅਦ ਪੇਸ਼ੈਂਟ ਨੂੰ ਬਹੁਤ ਜ਼ਿਆਦਾ ਵੀਕਨੈਸ ਆਉਂਦੀ ਹੈ ਅਤੇ ਉਹਨੂੰ ਹੈਲਦੀ ਡਾਇਟ ਲੈਣੀ ਪੈਂਦੀ ਹੈ, ਬਹੁਤ ਸੋਲਿਡ ਡਾਇਟ ਉਹ ਲੈ ਨਹੀਂ ਪਾਉਂਦਾ, ਲਿਕੁਇਡ ਡਾਇਟ ਤਾਂ ਜ਼ਿਆਦਾ ਰਹਿੰਦਾ ਹੈ। ਅਤੇ ਲੋਕਾਂ 'ਚ ਇਹ ਮਿੱਥ ਹੈ ਕਿ ਧੁੱਪ 'ਚ ਨਹੀਂ ਜਾਣਾ ਚਾਹੀਦਾ, ਇਹ ਦੋ ਚੀਜ਼ਾਂ ਮਿਕਸ ਕਰ ਰਹੇ ਹੈ। ਹੁਣ ਜਿਹੜੇ ਕਿ ਲੋਕ NRI ਹੁੰਦੇ ਬਾਹਰੋਂ ਆਉਂਦੇ ਆ, ਉਹਨਾਂ ਦੀ ਧੁੱਪ ਵਿੱਚ ਵਿਟਾਮਿਨ ਈ ਜਾਂ ਵਿਟਾਮਿਨ ਡੀ ਦੀ ਕਮੀ ਰਹਿੰਦੀ ਹੈ, ਪਰ ਸਾਡੇ ਇੱਧਰ ਜਿਹੜੀ ਧੁੱਪ ਹੈ ਉਹਦੇ 'ਚ ਵਿਟਾਮਿਨ ਭਰਪੂਰ ਮਾਤਰਾ 'ਚ ਮਿਲਦਾ। ਅਤੇ ਇਸ ਕਰਕੇ ਜਿਹੜਾ ਮਿੱਥ ਹੈ ਕੱਢ ਦਿਓ ਕਿ ਅਗਰ ਕੈਂਸਰ ਅਸੀਂ ਧੁੱਪ 'ਚ ਨਹੀਂ ਜਾਣਾ, ਅਗਰ ਬਹੁਤ ਜ਼ਿਆਦਾ ਰੇਡੀਏਸ਼ਨ ਤੇਜ਼ ਹੈ ਸਾਨੂੰ ਫਿਰ ਨਹੀਂ ਜਾਣਾ ਚਾਹੀਦਾ, ਅਦਰਵਾਈਜ਼ ਧੁੱਪੇ ਬਹਿਣਾ ਜ਼ਿਆਦਾ ਚੰਗਾ ਹੁੰਦਾ। ਗੱਲ ਕੀਤੀ ਜਾਵੇ ਕੀਮੋਥੈਰੇਪੀ ਦੀ, ਅਤੇ ਲੋਕਾਂ ਦਾ ਮੰਨਣਾ ਕਿ ਕੀਮੋਥੈਰੇਪੀ ਕਰਾਉਣ ਤੋਂ ਬਾਅਦ ਜਿਹੜਾ ਹੈ ਕਈ ਵਾਰ ਕਾਫੀ ਨੁਕਸਾਨ ਹੋ ਜਾਂਦੇ ਅਤੇ ਬੰਦਾ ਜ਼ਿਆਦਾ ਜੀ ਨਹੀਂ ਸਕਦਾ, ਤੁਹਾਡਾ ਕੀ ਵਿਚਾਰ ਹੈ ਔਰ ਕਿੰਨੇ ਪਰਸੈਂਟ ਕੀਮੋਥੈਰੇਪੀ ਕਰਨ ਤੋਂ ਬਾਅਦ ਜਿਹੜੇ ਹੈਗੇ ਪੇਸ਼ੈਂਟ ਠੀਕ ਹੋ ਜਾਂਦੇ? ਅਗਰ ਉਹ ਕੀਮੋਥੈਰੇਪੀ ਨਹੀਂ ਕਰਾਉਣਾ ਚਾਹੁੰਦੇ ਫਿਰ ਕੀ ਕਰਾਓਗੇ ਕੈਂਸਰ ਵਾਸਤੇ, ਕਿਉਂਕਿ ਕੀਮੋਥੈਰੇਪੀ ਤੋਂ ਇਲਾਵਾ ਕੋਈ ਇਹਦਾ ਹੋਰ ਕੋਈ ਆਪਸ਼ਨ ਹੈਗਾ ਵੀ ਨਹੀਂ ਹੈ। ਤੁਹਾਡੀ ਗੱਲ ਠੀਕ ਹੈ ਕਿ ਕੀਮੋਥੈਰੇਪੀ ਤੋਂ ਬਾਅਦ ਬੰਦੇ ਨੂੰ ਸਾਈਡ ਇਫੈਕਟਸ ਹੁੰਦੇ ਹੈ, ਪਰ ਇਸ ਤੋਂ ਇਲਾਵਾ ਕੋਈ ਆਪਸ਼ਨ ਨਹੀਂ ਹੁੰਦਾ, ਕਿਉਂਕਿ ਜਦੋਂ ਕੀਮੋ ਲੱਗਦੀ ਹੈ ਸਾਡੇ ਜਿਹੜੇ ਕੈਂਸਰ ਦੇ ਸੈਲਸ ਹੈ ਉਹਦੇ ਨਾਲ ਨਾਲ ਸਾਡੇ ਹੈਲਦੀ ਸੈਲਸ ਵੀ ਖਤਮ ਹੁੰਦੇ ਹੈ, ਪਰ ਕੁਛ ਸਮੇਂ ਬਾਅਦ ਬੰਦਾ ਦੁਬਾਰਾ ਰੀਗੇਨ ਕਰ ਜਾਂਦਾ, ਕੁਛ ਟਾਈਮ ਲੱਗਦਾ ਪਰ ਦੁਬਾਰਾ ਉਸ ਪੋਜੀਸ਼ਨ 'ਤੇ ਆ ਜਾਂਦਾ ਕਿ ਉਹ ਆਪਣੀ ਨੋਰਮਲ ਰੂਟੀਨ ਲਾਈਫ ਜੀ ਸਕਦਾ। ਕੀਮੋ ਤੋਂ ਬਾਅਦ ਥੋੜ੍ਹੇ ਜਿਹੇ ਸਾਈਡ ਇਫੈਕਟਸ ਹੁੰਦੇ ਜ਼ਰੂਰ ਹੈ, ਬਾਡੀ ਵੀਕ ਹੋ ਜਾਂਦੀ ਹੈ, ਰੰਗ ਕਾਲਾ ਹੋ ਜਾਂਦਾ ਹੈ, ਜਿਹੜੇ ਬਾਲ ਉਹ ਝੜਨੇ ਸ਼ੁਰੂ ਹੋ ਜਾਂਦੇ, ਕਿਉਂਕਿ ਅਸੀਂ ਅਲਟੀਮੇਟਲੀ ਉਹਦੇ ਸੈਲਸ ਨੂੰ ਖਤਮ ਕਰ ਰਹੇ ਹਾਂ, ਅਤੇ ਜਦੋਂ ਕੈਂਸਰ ਦੇ ਸੈਲਸ ਖਤਮ ਹੁੰਦੇ ਆ ਅਤੇ ਨਾਲ ਸਾਡੇ ਹੈਲਦੀ ਸੈਲਸ ਵੀ ਕੁਛ ਮਾਤਰਾ ਤੱਕ ਖਤਮ ਹੋ ਜਾਂਦੇ। ਇਸ ਕਰਕੇ ਬਸ ਉਹਦੇ ਵਾਸਤੇ ਇਹ ਹੈ ਕਿ ਪੇਸ਼ੈਂਟ ਦੀ ਕੇਅਰ ਬਹੁਤ ਜ਼ਿਆਦਾ ਕਰਨੀ ਪੈਂਦੀ ਹੈ, ਜਿਹਦੇ ਕਰਕੇ ਉਹਨਾਂ ਨੂੰ ਤੁਸੀਂ ਅੱਗੇ ਹੋਸਪਿਟਲ 'ਚ ਨਹੀਂ ਰੱਖ ਸਕਦੇ, ਤੁਸੀਂ ਉਹਨਾਂ ਨੂੰ ਰਿਜੂਵਨੇਸ਼ਨ ਸੈਂਟਰਸ 'ਚ ਰੱਖੋ ਜਾਂ ਆਪਣੇ ਘਰੇ ਰੱਖ ਕੇ ਉਹਨਾਂ ਦੀ ਬਹੁਤ ਚੰਗੀ ਦੇਖਭਾਲ, ਬਸ ਉਹਨਾਂ ਨੂੰ ਪਿਆਰ ਅਤੇ ਦੇਖਭਾਲ ਦੀ ਜ਼ਰੂਰਤ ਪੈਂਦੀ ਹੈ ਅਤੇ ਉਹਨਾਂ ਦੀ ਲਾਈਫ ਕਾਫੀ ਅੱਗੇ ਵੱਧ ਜਾਂਦੀ ਹੈ, ਸਿਰਫ ਕੇਅਰ 'ਤੇ ਡਿਪੈਂਡ ਕਰਦਾ। ਇਹ ਨਹੀਂ ਹੈ ਕਿ ਕੀਮੋਥੈਰੇਪੀ ਬਾਅਦ ਉਹਨਾਂ ਦੀ ਲਾਈਫ ਘੱਟ ਜਾਂਦੀ, ਇੱਦਾਂ ਕੁਛ ਨਹੀਂ ਹੈ। ਅਗਰ ਗੱਲ ਕੀਤੀ ਜਾਵੇ ਕੈਂਸਰ ਪੇਸ਼ੈਂਟਾਂ ਦੀ, ਤਾਂ ਉਹਨਾਂ ਦੇ ਵਿੱਚ ਜਿਹੜੀ ਡਾਇਟ ਹੈ ਕਿਸ ਤਰ੍ਹਾਂ ਦੀ ਪਲਾਨ ਕਰਨੀ ਚਾਹੀਦੀ ਹੈ, ਮਾਰਨਿੰਗ ਤੋਂ ਲੈ ਕੇ ਈਵਨਿੰਗ ਤੱਕ, ਉਹਦੇ ਵਿੱਚ ਕਿਹੜੇ ਆਹਾਰ ਜ਼ਿਆਦਾ ਵਰਤਣੇ ਚਾਹੀਦੇ? ਸਭ ਤੋਂ ਪਹਿਲਾਂ ਅਗਰ ਕਿਸੇ ਨੂੰ ਕੈਂਸਰ ਹੈ ਜਾਂ ਕੈਂਸਰ ਨਹੀਂ ਹੈ, ਮੈਂ ਇੱਕ ਗੱਲ ਜ਼ਰੂਰ ਕਹੂੰਗੀ, ਆਪਣੀ ਮਾਰਨਿੰਗ ਵਿੱਚ ਤੁਲਸੀ ਦੇ ਪੱਤੇ, ਜੇ ਉਹਦੇ ਵਿੱਚ ਇੱਕ ਕਰਕਿਊਮਿਨ ਨਾਮ ਦਾ ਐਂਟੀਜਨ ਹੈ ਜੋ ਕਿ ਆਪਾਂ ਕੈਂਸਰ 'ਚ ਯੂਜ਼ ਕਰਦੇ ਹਾਂ, ਇਹ ਸਾਨੂੰ ਨੈਚੁਰਲ ਮਿਲਦਾ ਹੈ। ਜਾਂ ਫਿਰ ਜਿਹੜੇ ਆਪਾਂ ਔਰਗੈਨਿਕ ਹਲਦੀ ਹੈ, ਟਰਮਰਿਕ ਪਾਊਡਰ ਆਪਾਂ ਜਿਹੜੇ ਮਾਰਕੀਟ ਯੂਜ਼ ਕਰਦੇ ਉਹ ਨਹੀਂ, ਜਿਹੜੀ ਇੱਕ ਰੋ ਹਲਦੀ ਹੁੰਦੀ ਹੈ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਹੈ। ਅਗਰ ਆਪਾਂ ਸਵੇਰੇ ਉੱਠ ਕੇ ਖਾਲੀ ਪੇਟ ਗਰਮ ਪਾਣੀ ਨਾਲ ਇਹ ਲੈ ਲਈਏ ਤਾਂ ਸਾਨੂੰ ਕੈਂਸਰ ਦੀ ਜਿਹੜੀ ਪਰਸੈਂਟੇਜ ਉਹ ਵੈਸੇ ਘੱਟ ਹੋ ਜਾਂਦੀ ਹੈ, ਸਾਨੂੰ ਕੈਂਸਰ ਹੋਣ ਦੇ ਚਾਂਸਿਸ ਬਹੁਤ ਘੱਟ ਜਾਂਦੇ। ਜਿਹੜਾ ਕੈਂਸਰ ਪੇਸ਼ੈਂਟ ਹੈ ਉਹਨੂੰ ਵੀ ਇਹ ਲੈਣਾ ਚਾਹੀਦਾ ਆ, ਅਤੇ ਵੀਟ ਗ੍ਰਾਸ ਜੂਸ ਜੋ ਕਿ ਬਹੁਤ ਹੈਲਪ ਕਰਦਾ ਆ ਸਾਨੂੰ ਕੈਂਸਰ ਨਾਲ ਲੜਨ ਲਈ, ਕਿਉਂਕਿ ਉਹਦੇ ਵਿੱਚ ਕੁਛ ਐਸੇ ਐਂਟੀਬੋਡੀਜ਼ ਆ ਜੋ ਕਿ ਸਾਡੇ ਜਿਹੜੇ ਕੈਂਸਰ ਕਾਰਸੀਨੋਜਨਸ ਆ ਉਹਨਾਂ ਨਾਲ ਲੜਨ ਦੀ ਬਹੁਤ ਸ਼ਮਤਾ ਰੱਖਦੇ ਆ, ਅਤੇ ਸਾਨੂੰ ਜਿਹੜੀ ਇਮਿਊਨਿਟੀ ਆ ਆਟੋਮੈਟਿਕਲੀ ਸਟਰੋਂਗ ਹੋ ਜਾਂਦੀ ਅਤੇ ਕੈਂਸਰ ਵਰਗੀ ਚੀਜ਼ਾਂ ਘੱਟ ਸਕਦੀਆਂ। ਸਭ ਤੋਂ ਪਹਿਲਾਂ ਸਾਨੂੰ ਜੰਕ ਫੂਡ ਅਵੋਇਡ ਕਰਨਾ ਚਾਹੀਦਾ, ਕਿਉਂਕਿ ਉੱਥੇ ਇੱਦਾਂ ਦੇ ਪ੍ਰੈਸਟੀਜਸ ਉਹਨਾਂ ਨੇ ਪਾਏ ਹੁੰਦੇ ਆ ਕਿ ਉਹਨਾਂ ਨੂੰ ਪ੍ਰਿਜ਼ਰਵ ਰੱਖਣ ਵਾਸਤੇ ਪ੍ਰਿਜ਼ਰਵੇਟਿਵਸ ਹੁੰਦੇ ਆ ਕਿ ਜੋ ਕਿ ਸਾਡੀ ਬੋਡੀ ਨੂੰ ਡਾਇਰੈਕਟ ਹਾਰਮ ਕਰਦੇ ਆ। ਅਤੇ ਇਹੀ ਗੱਲ ਲੋਕਾਂ ਨੂੰ ਸਮਝਣ ਦੀ ਬਹੁਤ ਜ਼ਰੂਰਤ ਹੈ ਕਿ ਉਹਨਾਂ ਨੂੰ ਲੱਗਦਾ ਕਿ ਨਹੀਂ ਆਪਾਂ ਲਵਾਂਗੇ, ਆਪਾਂ ਐਕਸਰਸਾਈਜ਼ ਕਰੂੰਗੇ ਜਾਂ ਫਿਰ ਅਸੀਂ ਜਿਮ ਕਰਾਂਗੇ ਤਾਂ ਠੀਕ ਹੋ ਜਾਏਗਾ। ਸਿਰਫ ਉਹ ਜਿਮ ਕਰਨ ਨਾਲ ਜਾਂ ਵਰਕਆਊਟ ਕਰਨ ਨਾਲ ਤੁਹਾਡਾ ਵੇਟ ਕੰਟਰੋਲ ਹੋਏਗਾ, ਪਰ ਜੋ ਤੁਸੀਂ ਜੰਕ ਫੂਡ ਲੈ ਰਹੇ ਹੋ ਉਹਨੇ ਅੰਦਰ ਜਾ ਕੇ ਇਫੈਕਟ ਤਾਂ ਉਨਾ ਹੀ ਕਰਨਾ ਹੈ। ਇਸ ਕਰਕੇ ਇਹੀ ਰਿਕੁਐਸਟ ਹੈ, ਐਕਸਰਸਾਈਜ਼ ਤਾਂ ਕਰਨੀ ਚਾਹੀਦੀ ਹੈ ਅਤੇ ਨਾਲ ਆਪਣੀ ਡਾਇਟ ਵੀ ਹੈਲਦੀ ਰੱਖਣੀ ਚਾਹੀਦੀ ਹੈ, ਹਮੇਸ਼ਾ ਸਾਨੂੰ ਇੱਕ ਨੈਚੁਰਲ ਡਾਇਟ ਲੈਣੀ ਚਾਹੀਦੀ ਹੈ। ਮੈਮ ਅਗਰ ਗੱਲ ਕੀਤੀ ਜਾਵੇ ਕੈਂਸਰ ਹੋਣ ਦਾ, ਜਦੋਂ ਆਪਾਂ ਨੂੰ ਪਤਾ ਹੈ ਆਪਾਂ ਟੈਸਟ ਕਰਾਉਣੀ, ਇਹ ਕਿੰਨੇ ਕੁ ਕੋਸਟਲੀ ਟੈਸਟ ਹੁੰਦੇ ਆ, ਅਤੇ ਆਪਾਂ ਦਾ ਪੂਰਾ ਕੈਂਸਰ ਦਾ ਇਲਾਜ ਕਿ ਸਰਕਾਰੀ ਤੌਰ ਦੇ ਉੱਤੇ ਕੁਛ ਫੈਸਿਲਿਟੀ ਜਿਹੜੀਆਂ ਗੌਰਮੈਂਟ ਨੇ ਪ੍ਰੋਵਾਈਡ ਕੀਤੀਆਂ ਕਿ ਉੱਥੇ ਸਸਤਾ ਹੋ ਸਕਦਾ ਇੱਦਾਂ ਦੀ? ਕੈਂਸਰ ਦੇ ਟੈਸਟ ਨੋ ਡਾਊਟ ਥੋੜ੍ਹੇ ਐਕਸਪੈਂਸਿਵ ਜ਼ਰੂਰ ਹੁੰਦੇ ਆ, ਪਰ ਜਿਵੇਂ ਕਿ ਚੈਰੀਟੇਬਲ ਹੋਸਪਿਟਲਸ ਹੈ, PGI ਹੈ ਜਾਂ ਗੁਰੂ ਰਾਮਦਾਸ ਹੋਸਪਿਟਲਸ ਹੈ, ਉੱਥੇ ਟੈਸਟ ਬਿਲਕੁਲ ਸਸਤੇ ਹੋ ਜਾਂਦੇ ਆ, ਹਰ ਕੋਈ ਅਫੋਰਡ ਕਰ ਸਕਦਾ। ਤੁਸੀਂ ਇੱਕ ਕੈਂਸਰ ਟ੍ਰੇਨ ਦਾ ਨਾਮ ਸੁਣਿਆ ਉਹਨਾਂ ਬੀਕਾਨੇਰ ਜੋ ਜਾਂਦੀ ਹੈ, ਉਹ ਬਿਲਕੁਲ ਫ੍ਰੀ ਹੁੰਦਾ ਹੈ। ਅਤੇ ਅਗਰ ਕੋਈ ਪੰਜਾਬ 'ਚ ਵੀ ਹੈ ਗੁਰੂ ਰਾਮਦਾਸ ਹੋਸਪਿਟਲ ਜਾ ਸਕਦਾ, ਆਪਣਾ ਟੈਸਟ ਆਪਣਾ ਇਲਾਜ ਕਰਾਏ, ਉੱਥੇ 1.5 ਲੱਖ ਦਾ ਖਰਚਾ ਤੁਹਾਨੂੰ ਸਰਕਾਰ ਵੱਲੋਂ ਬਿਲਕੁਲ ਫ੍ਰੀ ਦਿੱਤਾ ਜਾਏਗਾ। ਅਤੇ ਇਹਦੇ ਵਿੱਚ ਤੁਹਾਨੂੰ ਗੁਰਦੁਆਰਾ ਜਿਹੜੀ SGPC ਦੀ ਕਮੇਟੀ ਹੈ, ਸ਼੍ਰੀ ਹਰਿਮੰਦਰ ਸਾਹਿਬ
ਔਰਤਾਂ 'ਚ ਕੈਂਸਰ ਦੀ ਜੋ ਮੈਂ ਡਿਟੇਲ ਦਿੱਤੀ ਹੈ ਕਿਉਂਕਿ ਬ੍ਰੈਸਟ ਕੈਂਸਰ, ਸਰਵਿਕਸ ਕੈਂਸਰ ਇਸ ਕਰਕੇ ਪਾਇਆ ਜਾ ਰਿਹਾ ਕੁਛ ਹਾਈਜੀਨਿਕ ਪ੍ਰੋਬਲਮਸ ਕਰਕੇ ਕਿ ਉਹ ਹਾਈਜੀਨ ਨਹੀਂ ਹੈ, ਕੁਛ ਫੈਸਿਲਿਟੀਜ਼ ਅਵੇਲੇਬਲ ਨਹੀਂ ਹੈ ਖਾਸ ਕਰਕੇ ਰੂਰਲ ਏਰੀਆਜ਼ 'ਚ, ਅਤੇ ਸੇਮ ਐਜ਼ ਇਟ ਇਜ਼ ਬੰਦਿਆਂ 'ਚ ਵੀ ਪਾਇਆ ਜਾ ਰਿਹਾ। ਸਭ ਤੋਂ ਬੰਦਿਆਂ 'ਚ ਸਭ ਤੋਂ ਜ਼ਿਆਦਾ ਪਾਇਆ ਜਾ ਰਿਹਾ ਓਰਲ ਕੈਂਸਰ, ਕਿਉਂਕਿ ਟੋਬੈਕੋ ਯੂਜ਼ ਕਰਨਾ, ਸਮੋਕ ਕਰਨਾ, ਡਰੱਗਸ ਯੂਜ਼ ਕਰਨਾ, ਅੱਜ ਕੱਲ੍ਹ ਤੁਹਾਨੂੰ ਪਤਾ ਹਰ ਇਵਨ ਨੌਜਵਾਨ ਵੀ ਲੈ ਰਿਹਾ। ਪਹਿਲੇ ਕੈਂਸਰ ਪਾਏ ਜਾਂਦੇ ਸੀ ਓਲਡ ਏਜਸ ਵਿੱਚ, ਅੱਜ ਕੱਲ੍ਹ ਅਸੀਂ ਦੇਖ ਰਹੇ ਕਿ ਯੰਗ ਵਿੱਚ, ਆਪਾਂ ਲਾਸਟ ਕੈਂਪ 'ਚ ਆਪਣੇ ਦੇਖਿਆ ਕਿ ਇੱਕ 20 ਸਾਲ ਦੇ ਲੜਕੇ ਨੂੰ ਓਰਲ ਕੈਂਸਰ ਹੋ ਚੁੱਕਾ ਸੀ, ਤਾਂ ਇੰਨਾ ਜ਼ਿਆਦਾ ਵੱਧ ਚੁੱਕਾ ਸੀ ਕਿਉਂਕਿ ਸਮੋਕ ਬਹੁਤ ਜ਼ਿਆਦਾ ਕਰ ਰਿਹਾ ਸੀ। ਅਤੇ ਇਸ ਤੋਂ ਇਲਾਵਾ ਪ੍ਰੋਸਟੇਟ ਕੈਂਸਰ ਉਹ ਓਲਡ ਏਜ 'ਚ ਪਾਇਆ ਜਾ ਰਿਹਾ, ਇਹ ਲੰਗ ਕੈਂਸਰ ਹੋ ਗਿਆ ਕਿਉਂਕਿ ਓਰਲ ਕੈਂਸਰ, ਲੰਗ ਕੈਂਸਰ ਇਹ ਬਹੁਤ ਜ਼ਿਆਦਾ ਪਾਇਆ ਜਾ ਰਿਹਾ ਜੈਂਟਸ ਵਿੱਚ। ਸੋ ਧੰਨਵਾਦ ਜੀ, ਇਹ ਸੀ ਡਾਕਟਰ ਗਗਨ। ਲੁਧਿਆਣਾ ਤੋਂ ਗੁਰਮੀਤ ਰਿਜਤ ਦੀ ਰਿਪੋਰਟ, ਕੈਮਰਾਮੈਨ ਰਵੀ ਸ਼ਰਮਾ ਦੇ ਨਾਲ, ਫੌਕਸ ਡਾਟ ਪੰਜਾਬੀ, ਯੂਅਰ ਸਿਟੀ ਯੂਅਰ ਨਿਊਜ਼।